ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਹਡਰ ਕਲਾਂ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ, ਅਤੇ ਅੱਜ ਦੀ ਵੀਡੀਓ ਤੋਂ ਵੀ ਤੁਹਾਨੂੰ ਦੋ ਗਾਵਾਂ ਅਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ। ਮੱਝ ਹੱਲੇ ਆਉਂਦੀ ਆ ਅਤੇ ਗਾਵਾਂ ਜਿਹੜੀਆਂ ਦੋ ਆ ਗਈਆਂ ਵਾ, ਨਵਾਂ ਹੀ ਕੰਮ ਜੀ ਸ਼ੁਰੂ ਕੀਤਾ ਵੀਰ ਜੀ ਹੁਣਾਂ ਨੇ, ਅਤੇ ਪਹਿਲੀ ਵੀਡੀਓ ਆਪਾਂ ਲੱਗੇ ਬਣਾਉਣ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਨਾਮ ਦੱਸ ਦਿਓ ਕਰੀ ਆਪਣਾ। ਨਾਮ ਮੇਰਾ ਸੋਨੂ। ਹਾਂਜੀ, ਪਿੰਡ ਹਰੜ ਕਲਾਂ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਅਜਨਾਲਾ। ਠੀਕ ਆ, ਅਜਨਾਲਾ ਲੱਗ ਗਈ ਆ ਹਨਾ ਆਪਾਂ ਨੂੰ ਇੱਥੋਂ, ਅਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਵਾਰੀ। ਮੋਬਾਈਲ ਨੰਬਰ 97-791-1115। ਠੀਕ ਆ, ਅਤੇ ਕਿੰਨਾ ਕੁ ਚਿਰ ਹੋ ਗਿਆ ਜੀ ਆਪਾਂ ਨੂੰ ਕੰਮ ਸ਼ੁਰੂ ਕੀਤਿਆਂ ਨੂੰ? ਮੈਨੂੰ ਵੀਰ ਜੀ ਬਿਲਕੁਲ ਨਵਾਂ ਕੰਮ ਜੇ। ਅੱਛਾ, ਪਹਿਲਾਂ ਇੱਕ ਡੰਗਰ ਅੱਗੇ ਵਿੱਚ ਹੈ, ਇੱਕ ਬਾਜ ਵੱਖ ਦੋ। ਅੱਛਾ, ਅਜੇ ਇੱਕੋ ਹੀ ਗਾਂ ਵਿੱਚ ਹੀ ਅਜੇ ਜਦੋਂ ਦਾ ਕੰਮ ਸ਼ੁਰੂ ਕੀਤਾ ਵਾ, ਅਤੇ ਅਜੇ ਨਵਾਂ ਹੀ ਇੱਕ ਹਿਸਾਬ ਦੇ ਪਹਿਲੇ ਪਸ਼ੂ ਹੀ ਆ ਕੇ। ਠੀਕ ਆ, ਅਤੇ ਹੁਣ ਆਪਣੇ ਕੋਲ ਦੋ ਗਾਵਾਂ ਅਤੇ ਇੱਕ ਮੱਝ ਹੈ ਨਾ? ਮੱਝ ਆਉਂਦੀ ਆ ਹਲੇ? ਹਾਂਜੀ ਮੱਝ ਆ ਰਹੀ। ਠੀਕ, ਅਤੇ ਪਹਿਲਾਂ ਆਪਾਂ ਇਹੀ ਦਿਖਾ ਦਈਏ, ਜਰਸੀ 'ਚ ਹੀ ਆ ਦੋਵੇਂ ਜਿਹੜੀਆਂ, ਜਰਸੀ ਕਰੋਸ 'ਚ ਆ। ਹਾਂ ਦੇਖ ਸਕਦੇ, ਥਣ ਹਵਾਨਾ ਇਹਦਾ ਕਰੀ ਲੱਗ ਰਿਹਾ ਦੇਖ ਸਕਦੇ, ਅਤੇ ਇਹ ਮੇਲਾ ਮੂਲਾ ਦਹੀਂ ਆ ਮਾਰਨਾ ਦੇਖ ਸਕਦੇ। ਕਿੰਨਾ ਕੁ ਚਿਰ ਹੋ ਗਿਆ ਵੀਰ ਜੀ ਇਹਨਾਂ ਸੂਈ ਨੂੰ? ਖੋਲੋ ਹਾਂ ਫਿਰ ਤੋਰ ਦਈਏ। ਦੁੱਧ 14 ਕੁ ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ, ਅਤੇ ਬਾਕੀ ਹੁਣ ਮੌਕੇ 'ਤੇ 11 ਕੁ ਲੀਟਰ ਜਿਹੜਾ ਕਹਿੰਦੇ ਕਿ ਤਿਆਰ ਆ। ਬਾਕੀ ਕੋਈ ਵੀਰ ਆਪਣੇ ਦੋ ਟਾਈਮ ਚਵਾਈ ਕਰਕੇ ਲੈ ਜੀ। ਬਾਕੀ ਪਹਿਲੀ ਵੀਡੀਓ ਵਾ, ਜੇ ਨਵਾਂ ਹੀ ਕੰਮ ਸ਼ੁਰੂ ਕੀਤਾ ਵੀਰ ਜੀ ਉਹਨਾਂ ਨੇ, ਅਤੇ ਕਿੰਨਾ ਰੱਖਣਾ ਵੀਰ ਜੀ ਇਹਦਾ ਮੁੱਲ ਫਿਰ? ਮੁੱਲ ਤਾਂ 40 ਜੇ। ਅੱਛਾ ਹਾਂਜੀ, ਬਾਕੀ ਮਾਨ ਤਾਨ ਕਰਕੇ 37,000 ਦੀ ਦੇ ਦੋਗੇ? ਵਿੱਚ ਛੋਟ ਛਾਟ ਕਰ ਦੋਗੇ? ਕੋ ਫੋਨ ਲਾਵੇ ਇੱਕ ਵਾਰੀ ਹਨਾ, ਬਾਕੀ ਮਾਨਤਾਨ ਕਰਾਂਗੇ। ਅੱਛਾ, ਮਾਨਤਾਨ ਹੋਊਗਾ ਮੌਕੇ ਤੇ ਪੂਰਾ, ਇੱਕ ਵਾਰੀ ਫੋਨ ਲਾਵੇ ਜਿਹੜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ। ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ, ਇਹ ਗੱਭਣ ਆ ਜਿਹੜੀ ਹਲੇ, ਤੇ ਜਿਹੜੀ ਆ ਸੂਈ ਉਹਦਾ ਬੱਚਾ ਜਿਹੜਾ, ਆਹ ਦੇਖ ਲਓ ਇੱਕ ਬੱਚਾ ਜੀ ਇਹਦੇ ਮਗਰ। ਬਾਕੀ ਜਰਸੀ ਆ ਉਸ ਤਰ੍ਹਾਂ, ਜਿਹੜਾ ਜਰਸੀਆਂ ਦੇ ਹਿਸਾਬ ਨਾਲ ਜੇ ਲਾਈਏ ਤਾਂ ਕੱਦ ਕਾਠ ਇਹਦਾ ਚੰਗਾ ਵਾ। ਬਾਕੀ ਫੋਨ ਕੋਈ ਲਾਵੇ ਜ਼ਰੂਰ ਕਿਸੇ ਵੀ ਨੂੰ, ਕੋਈ ਵੀ ਪਸ਼ੂ ਪਸੰਦ ਹੁੰਦਾ ਵਾ, ਮਾਨਤਾਨ ਤਾਂ ਮੌਕੇ 'ਤੇ ਹੋ ਹੀ ਜਾਊਗਾ। ਅਤੇ ਇਹ ਕਿੰਨਾ ਕੁ ਵੀਰ ਜੀ ਲੈ ਜਾਊਗੀ ਟਾਈਮ? ਇਹ ਵੀਰ ਜੀ 5 ਕੁ ਦਿਨ ਖੜਦੀ ਆ। ਅਤੇ ਕਿੰਨਾ ਕੁ ਦੁੱਧ ਇਹ ਚਵਾਈ ਜਾਊਗੀ? ਦੁੱਧ ਵੀਰ ਜੀ ਜਿਹੜਾ 10-12 ਲੀਟਰ ਜਿਹੜਾ ਚਵਾਈ ਜਾਊਗੀ। ਤੇ ਇਹਦਾ ਮੁੱਲ? ਮੁੱਲ ਇਹਦਾ 35,000 ਕਰ ਦੇ। ਅੱਛਾ, ਬਾਕੀ 33,000 ਦੀ ਦੇ ਦੋ। 33,000 ਦੀ ਦੇ ਦੋਗੇ, ਵਿੱਚ ਛੋਟ 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 ਛਾਟ ਕਰ ਦੋਗੇ? ਹਾਂਜੀ ਹਾਂਜੀ। ਠੀਕ ਹੈ ਜੀ, ਤੇ ਬਾਕੀ ਕੋ ਫੋਨ ਲਾਵੇ ਹਨਾ ਇੱਕ ਵਾਰੀ? ਹਾਂਜੀ ਇੱਕ ਮਿੰਟ ਬਸ।
ਠੀਕ ਹੈ ਜੀ। ਹਾਂ ਦੇਖ ਸਕਦੇ ਹਾਂ ਵੀ ਮੱਝ ਜਿਹੜੀ ਆ ਗਈ ਹੈ, ਲੈ ਜਾ ਵਧੀਆ ਕਿਹੜੀ ਅੰਦਰ ਸੂਈ ਸਵਾਈ ਹੈ ਵੀ ਕੱਦ ਘੱਟ ਚੰਗਾ ਵਾ, ਸੋਹਣੀ ਝੋਟੀ ਆ ਤਾਂ ਕੱਦ ਘੱਟ ਤੋਂ ਜਿਹੜੀ ਪੂਰੀ ਜਵਾਨ ਆ ਜਿਹੜੀ, ਅਤੇ ਮਗਰ ਵੀ ਇਹਦੇ ਕੱਟੀ ਆ। ਖਾਣੇ ਤੇ ਦੇਖ ਸਕਦੇ ਲਾਗੇ ਤੋਂ, ਤੇ ਦੱਸੀਏ ਵਿਧੀ ਇਹਦੇ ਬਾਰੇ। ਇਹ ਵਿਧੀ ਦੁੱਧ ਇਸ ਟਾਈਮ ਇਹਦਾ 12 ਲੀਟਰ ਹੈਗਾ ਜੋ। ਅੱਛਾ, ਤੇ ਇਹ ਮੱਝ ਹੈਗੀ ਜੋ ਤਿੱਲੜ। ਅੱਛਾ ਤਿੱਲੜ ਆ, ਹਾਂਜੀ ਮਗਰਲੇ ਥਾਂ ਦੀ। ਹਾਂਜੀ ਤੈਨੂੰ 25 ਦਿਨ ਹੋ ਗਏ ਸੂਈ ਨੂੰ, ਬਾਕੀ ਆਹ ਬੱਚਾ ਜੇ ਕੋਈ ਆਪਣੇ ਸਮਝਣਾ ਵੀ ਮਗਰ ਇਹਦੇ ਕੱਟੀ ਆ ਹਨਾ। ਹਾਂਜੀ ਹਾਂਜੀ, ਤੇ ਦੁੱਧ 12 ਲੀਟਰ ਹੈਗਾ ਪੱਕਾ ਇਹਦੇ ਕੋਲ? ਪੱਕਾ 12 ਲੀਟਰ ਜਿਹੜਾ ਹੈਗਾ, 12 ਲੀਟਰ ਅਸੀਂ 10 ਦੀ ਗਰੰਟੀ ਦਿੰਦੇ ਪੂਰੀ। ਅੱਛਾ ਹਾਂਜੀ ਠੀਕ ਹੈ ਜੀ, ਤੇ ਇਹਦਾ ਕੀ ਰੱਖਣਾ ਫਿਰ ਆਪਾਂ ਮੁੱਲ? ਇਹਦਾ ਮੁੱਲ 80,000 ਰੁਪਇਆ ਜੋ, ਮਾਨਤਾਨ ਕਰਕੇ 75,000 ਦੀ ਦੇ ਦੋ। ਕਰਨਾ ਵਿੱਚ ਮਾਨਤਾਨ? ਔਰ ਹਾਂਜੀ ਕਰ ਦਾਂਗੇ ਮਾਨਤਾਨ। ਚਲੋ ਕੋਈ ਫੋਨ ਲਾਵੇ ਇੱਕ ਵਾਰੀ ਹਨਾ, ਫੋਨ ਲਾਉਣਾ ਠੀਕ ਹੈ। ਬਾਕੀ ਇੱਕ ਵਾਰੀ ਆਹ ਦੇਖ ਸਕਦੇ ਮਗਰ ਕੱਟੀ ਵੀ ਆ, ਤੇ ਚਿਹਰੇ ਤੋਂ ਵੀ ਇੱਕ ਵਾਰੀ ਦੇਖ ਸਕਦੇ ਜੀ ਹੁਣ ਉੱਥੇ ਦੀ ਸੋਹਣੀ ਯਾਤਰਾ। ਹਾਂਜੀ ਠੀਕ ਹੈ ਜੀ, ਤੇ ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਫਿਰ? ਓਕੇ ਵੀਰ ਜੀ, ਠੀਕ ਹੈ ਵੀਰ ਜੀ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਪਸੰਦ ਕਰਕੇ ਵੇਚ ਚਾਖ ਕੇ ਤਸੱਲੀ ਕਰਕੇ ਖੜੇ ਜੀ।